ਮੇਰੇ ਆਪਣੇ ਖੇਤ ਦੇ ਵਿੱਚ ਸਿੱਧੀ ਬਿਜਾਈ ਦੇ ਨਾਲ ਪੀਆਰ 122 ਚੋਨਾ ਜਿਹੜਾ ਬੀਜਿਆ ਉਹ ਦੇਖਦੇ ਆ 25 ਮਈ 2021 ਦੇ ਨੇੜੇ ਬਿਜਾਈ ਹੋਈ ਸੀਗੀ ਵੀਡੀਓ ਬਣਾਉਣ ਵਾਲੇ ਦਿਨ ਲਗਭਗ 90 ਦਿਨ ਦੀ ਫਸਲ ਹੈ ਤੁਹਾਨੂੰ ਪਤਾ ਹੈ ਕਿ 90 ਦਿਨ ਤੱਕ ਆਉਂਦੇ ਆਉਂਦੇ ਪੀਲੀ ਪੂਸਾ ਦੇ ਵਿੱਚ ਤਾਂ ਸ਼ੀਤ ਬਲਾਈਟ ਨੇ ਕਾਫੀ ਹਮਲਾ ਕਰਤਾ ਸੀਗਾ ਤਾਂ ਇਹ ਖੇਤ ਦੇਖਦੇ ਆ ਕਿਵੇਂ ਹੈ ਮੈਂ ਹ ਕੁਲਦੀਪ ਸਿੰਘ ਸ਼ੇਰਕਲ ਮਰਖਾਈ ਪਤੀ ਸਾਂਝਪੁਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਦੋਸਤੋ ਵਰਖਾ ਕਾਫੀ ਹੋਈ ਸੀ ਆ ਜਿਵੇਂ ਤੁਸੀਂ ਦੇਖਿਆ ਕਿ ਵਟ ਦੇ ਉੱਤੋਂ ਦੀ ਪਾਣੀ ਸੀਗਾ ਤੇ ਹੇਠਲੇ ਪਾਸੇ ਪੱਤੇ ਖਰਾਬ ਹੋ ਗਏ ਕੁਝ ਕਾਦੇ ਕਰਕੇ ਪਾਣੀ ਜ਼ਿਆਦਾ ਖੜਨ ਕਰਕੇ ਤੇ ਝੋਨਾ ਮਸਤ ਹੈ ਕੋਈ ਦਿੱਕਤ ਨਹੀਂ ਹੈਗੀ ਪਿਛਲੇ ਸਾਲ ਦੇ ਨਾਲੋਂ ਵੀ ਚੰਗਾ ਹੈ ਤਾਰ ਵਰਤਰ ਵਿਧੀ ਨਾਲ ਵਿੱਜਿਆ ਸੀ ਇਤਰੀਆ ਇੱਕ ਬਦਲਾਅ ਕੀਤਾ ਸੀ ਕਿ ਮਸ਼ੀਨ ਪ੍ਰੈਸ ਵੀਲ ਲੈ ਜਾਂਦੀ ਜਿਹਦੇ ਕਰਕੇ ਅੰਕਰਣ ਬੜਾ ਵਧੀਆ ਹੋਇਆ ਜਰਮੀਨੇਸ਼ਨ ਬੜਾ ਵਧੀਆ ਹੋਇਆ ਤੇ ਉਹਦੇ ਕਰਕੇ ਦੇਖੋ ਅਖੀਰ ਤੱਕ ਕਿੰਡੀ ਸੋਹਣੀ ਫਸਲ ਬਹੁਤ ਸਾਰੇ ਕਿਸਾਨ ਆਉਂਦੇ ਆ ਦੇਖਦੇ ਆ ਰੂਹ ਖੁਸ਼ ਹੁੰਦੀ ਹੈ ਕਿ ਵਧੀਆ ਵੈਰੈਟੀ ਭਾਵੇਂ ਕਿ ਪੀਲੀ ਪੂਸਾ ਨਾਲੋਂ ਮਾਰਕਾ ਮਾਰ ਗਈ ਹੈ ਕਿ ਇਹਦੇ ਵਿੱਚ ਸ਼ੀਤ ਬਲਾਈਟ ਹੈ ਤਿਕ ਨਹੀਂ ਆਈ ਅੱਛਾ ਹੁਣ ਤੱਕ ਆਪਾਂ ਪਾਇਆ ਕੀ ਹੈ ਜੋ ਨੇ ਦਾ ਸੋਧਿਆ ਹੋਇਆ 8 ਕਿਲੋ ਬੀ ਅੱਧੀ ਬੋਰੀ ਡੀਏਪੀ ਜਿਹੜਾ ਹੈਗਾ ਤਰਵਤਰ ਖੇਤ ਦੇ ਵਿੱਚ ਆਪਾਂ ਬੀਜਤੀ ਸੀਗੀ 21 ਦਿਨ ਤੇ ਪਹਿਲਾ ਪਾਣੀ ਲਾਇਆ ਸਟੌਂਪ ਵਗੈਰਾ ਇਸ ਸਪਰੇ ਨਾਲ ਦੀ ਨਾਲ ਕਰਤੀ ਸੀਗੀ ਹੈਨਾ 21 ਦਿਨ ਤੇ ਪਾਣੀ ਲਾਉਣ ਤੋਂ ਬਾਅਦ ਨਦੀਨ ਅਸ਼ਖਫੀਰ ਪਾਈ ਹੁਣ ਤੱਕ ਸਾਢੇ 1-3 ਬੋਰੀਆਂ ਯੂਰੀਆ ਤੇ ਲਗਭਗ ਇਹ ਜਿਹੜਾ ਸਾਢੇ 7 ਕਿਲੋ ਜ਼ਿੰਕ ਇਹਨੂੰ ਪਾਈ ਗਈ ਹੈ ਤੇ ਫਸਲ ਤੁਸੀਂ ਦੇਖ ਸਕਦੇ ਹੋ ਇਹ ਹਾਈਟ ਦੇਖ ਲਓ ਮੇਰੇ ਲੱਕ ਤੱਕ ਆਉਂਦੀ ਹੈ ਤੁਸੀਂ ਇੱਥੇ ਦੇਖਿਆ ਵੀ ਹੈ ਕਿ ਲੱਕ ਤੱਕ ਬੂਟਾ ਆਉਂਦਾ ਹੈ ਬੜੇ ਸੋਹਣੇ ਬੂਟੇ ਹੈ ਇਹ ਪਿਛਲੇ ਸਾਲਾਂ ਦੇ ਤਰ੍ਹਾਂ ਇੱਕ ਤਰੀ ਗੈਪ ਨਹੀਂ ਹੈਗੇ ਕਿਉਂਕਿ ਜੋ ਪ੍ਰੈਸ ਵੀਲ ਵਾਲੀ ਮਸ਼ੀਨ ਹੈ ਇਹਦੇ ਨਾਲ ਜਰਮੀਨੇਸ਼ਨ ਇਹ ਬੜਾ ਹੀ ਵਧਿਆ ਹੁੰਦਾ ਹੈ ਤੇ ਬੜਾ ਹਿੱਸੇ ਵਧੀਆ ਐਕੂਰੇਟ ਤਰੀਕੇ ਦੇ ਨਾਲ ਇੱਕ ਲੈਬ ਉਦ ਇੱਕ ਸੁਰ ਦੇ ਵਿੱਚ ਇੱਕ ਤਾਲ ਦੇ ਵਿੱਚ ਇਹ ਬੂਟੇ ਉਗਦੇ ਆ ਜਿਹੜੇ ਕਿ ਬੜੇ ਦੇਖਣ ਨੂੰ ਸੋਹਣੇ ਲੱਗਦੇ ਆ ਤਾਂ ਦੋਸਤੋ ਇਹ ਇਹ ਤੁਸੀਂ ਹੁਣ ਦੇਖੋਗੇ ਕਿ ਮੇਰੇ ਲੱਕ ਦੇ ਬਰਾਬਰ ਬਰਾਬਰ ਦੇਖੋ ਇੱਥੋਂ ਤੱਕ ਇਹ ਬੂਟੇ ਹੋ ਗਏ ਆ ਤਾਂ ਹਾਈਟ ਵੀ ਠੀਕ ਐ ਸਾਢੇ ਤਿੰਨ ਬੋਰੀਆਂ ਯੂਰੀਆ ਸਾਢੇ 7 ਕਿਲੋ ਜ਼ਿੰਕ ਐ ਤੇ ਅੱਧੀ ਬੋਰੀ ਡੀਏਪ ਜਿਹੜੀ ਕਿ ਆਪਾਂ ਸ਼ੁਰੂ ਚ ਇਹਨੂੰ ਬਿਜਾਈ ਦੇ ਵੇਲੇ ਪਾ ਦਿੱਤੀ ਸੀਗੀ ਤੇ ਹੋਰ ਇਹਤੇ ਕੋਈ ਕੀਟਨਾਸ਼ਕ ਨਹੀਂ ਕੋਈ ਫਟਾਰੇ ਦੀ ਸਪਰੇ ਨਹੀਂ ਹੈਗੀ ਕੋਈ ਬਾਹਰ ਸਪਰੇ ਨਹੀਂ ਹੈਗੀ ਕੋਈ ਦਾਣੇਦਾਰ ਜ਼ਹਿਰ ਨਹੀਂ ਹੈਗਾ ਹੁਣ ਅੱਗੇ ਜਾ ਕੇ ਕੁੱਲੀ ਨਸ਼ਕ ਸਪਰੇ ਕਰਾਂਗੇ ਤੇ ਬਾਕੀ ਪਿਛਲੇ ਸਾਲ ਵੀ ਪੀਆਰ 122 ਨੂੰ ਆਪਾਂ ਕੋਈ ਤੇਲੇ ਦੀ ਸਪਰੇ ਨਹੀਂ ਕੀਤੀ ਸੀ ਕੋਈ ਪੱਤਾ ਲਪੇੜ ਜਾਂ ਗੋਭ ਦੀ ਸੁੰਡੀ ਦੀ ਸਪਰੇ ਨਹੀਂ ਕੀਤੀ ਸੀ ਤੇ ਜੇ ਪਰਮਾਤਮਾ ਦੀ ਮਿਹਰ ਰਹੀ ਨਾ ਤਾਂ ਇਸ ਵਾਰ ਵੀ ਇਹ ਜਿਹੜਾ ਹੈਗਾ ਬਿਨਾ ਸਪਰੇਆਂ ਤੋਂ ਪੱਕੇਗਾ ਨਹੀਂ ਤਾਂ ਉਲੀ ਦੀ ਸਪਰੇ ਤਾਂ ਸ਼ਾਇਦ ਇਹਦੇ ਉੱਪਰ ਹੋ ਸਕਦਾ ਕਰਨੀ ਪਵੇ ਬਾਕੀ ਆਨਲਾਈਨ ਟਾਈਮ 'ਚ ਗੱਲ ਕਰਦੇ ਆਂ